ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਮੈਂ ਤੁਹਾਨੂੰ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਲੋਕ ਸੁਣਾਉਣ ਜਾ ਰਹੀ ਹਾਂ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾ ਸ਼ਲੋਕ ਸ਼ਲੋਕ ਮਹੱਲਾ ਨੌਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੋਨ ਗੋਬਿੰਦ ਗਾ ਜਨਮ ਕਉ ਰਥਕੀਨਾ ਕਾ ਨਾਨਕ ਹਰ ਭਜ ਮਨਾ ਜੇ ਬਿਦਜਲ ਕੋ ਮੀਨਾ ਗੁਰੂ ਜੀ ਸਾਨੂੰ ਇਸ ਸ਼ਲੋਕ ਵਿੱਚ ਇਹ ਸਮਝਾਉਂਦੇ ਹਨ ਕਿ हे ਪਾਈ ਤੂੰ ਪ੍ਰਭੂ ਦਾ ਸਿਮਰਨ ਕਰ ਕਿਉਂ ਛੱਡੀ ਬੈਠਾ ਹੈ ਵਿਸ਼ੇਵਕਾਰਾਂ ਵਿੱਚ ਕਿਉਂ ਪਿਆ ਹੈ ਗੁਰੂ ਦਾਸ ਸਿਮਰਣ ਕਰ ਇਹ ਮਨੁੱਖਾ ਜਨਮ ਤੈਨੂੰ ਵਾਰ-ਵਾਰ ਨਹੀਂ ਮਿਲਣਾ ਜਿਵੇਂ ਕੋਈ ਵੀ ਪੱਕਾ ਫਲ ਟਾਣੀ ਨਾਲ ਟੁੱਟ ਕੇ ਧਰਤੀ ਤੇ ਡਿੱਗ ਜਾਂਦਾ ਏ ਤੇ ਮੁੜ ਕੇ ਨਹੀਂ ਜੁੜ ਸਕਦਾ ਤਿਵੇਂ ਹੀ ਇਹ ਪ੍ਰਭੂ ਦਾ ਨਾਮ ਹੈ ਜੇ ਤੂੰ ਉਸ ਨਾਲ ਇੱਕ ਵਾਰੀ ਜੁੜ ਜਾਵੇਂਗਾ ਤੇ ਫਿਰ ਜੇ ਤੂੰ ਉਸ ਤੋਂ ਇੱਕ ਵਾਰੀ ਟੁੱਟ ਜਾਵੇਂਗਾ ਫਿਰ ਤੂੰ ਨਹੀਂ ਜੁੜ ਸਕਦਾ ਤੇ ਇਸ ਲਈ ਜਿਵੇਂ ਮਛਲੀ ਪਾਣੀ ਨੂੰ ਸਿਮਰਦੀ ਹੈ ਉਸ ਨੂੰ ਲੋਚਦੀ ਹੈ ਤਿਵੇਂ ਹੀ ਗੁਰਬਾਣੀ ਨਾਲ ਵੀ ਕਰ ਉਸ ਤੋਂ ਕੁਝ ਸਮਝ ਇਹ ਮਨੁੱਖਾ ਜਨਮ ਉਸ ਪਰਮਾਤਮਾ ਨੇ ਇਸ ਲਈ ਹੀ ਦਿੱਤਾ ਹੈ ਪ੍ਰਭੂ ਦਾ ਸਿਮਰਨ ਕਰਨ ਦੇ ਲਈ ਤੂੰ ਪ੍ਰਭੂ ਦਾ ਨਾਮ ਸਿਮਰ ਪ੍ਰਭੂ ਦੀ ਪਗਤੀ ਕਰ ਤੇਰਾ ਨਹੀਂ ਤਾਂ ਇਹ ਜਨਮ ਵਿਅਰਥ ਹੀ ਜਾਵੇਗਾ ਇਹ ਬਾਅਦ ਵਿੱਚ ਨਹੀਂ ਮਿਲਣਾ ਇਸ ਲਈ ਤੂੰ ਜਿਆਦਾ ਤੋਂ ਜਿਆਦਾ ਪக்தி ਕਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਤੋਂ ਮੈਂ ਤੁਹਾਨੂੰ ਇਹ ਸ਼ਲੋਕ ਸੁਣਾਏ ਹਨ ਅੱਜ ਇੱਕ ਹੀ ਸੁਣਾਇਆ ਹੈ ਮੈਂ ਰੋਜ਼ ਇੱਕ ਵੀਡੀਓ ਅਪਲੋਡ ਕਰਾਂਗੀ ਇੱਕ ਇੱਕ ਸ਼ਲੋਕ ਦੀ ਤੁਸੀਂ ਉਹ ਜ਼ਰੂਰ ਦੇਖਣਾ ਇਸ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਦੇਵੋ ਤਾਂ ਕਿ ਮੈਂ ਜੋ ਵੀ ਵੀਡੀਓ ਪਾਵਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ